ਦੱਸਦੇ ਮੈਨੂੰ ਮਾਰਦਾ ਰਿਆਂ ਓਏ ਓਏ ਚੋਰ ਜੀ ਮਾਰਦੀ ਹਣ ਪਿਓ ਜੀ ਅਗਰ ਮੈਂ ਝੂਠ ਕਵਾਂ ਤੇ ਬਾ ਅਦਬ ਬਾ ਮੁਲਾਇਜ਼ਾ ਹੋਸ਼ਿਆਰ ਇਹ ਕਵਾਂ ਓਏ ਆ ਪੁੱਤਰ ਓਏ ਮਨੂ ਅੱਜ ਤਾਂ ਬਾਦਸ਼ਾਹ ਤੇ ਵਜ਼ੀਰ ਬੜੇ ਯਾਦ ਆ ਗਏ ਨੀ ਉਹ ਮਨੂ ਬੜੇ ਅੱਛੇ ਲੱਗਦੇ ਹਲਾ ਪਿਓ ਜੀ ਤੇ ਉਹ ਬਾਜ਼ਾਰ ਚ ਆਏ ਹੋ ਸੁਣਨਾ ਆ ਨਾ ਦੇਖੀਏ ਹਲਾ ਚੱਲ ਕੇ ਜਾਈਏ ਬਾਦਬ ਬਾ ਮੁਲਾਇਜ਼ਾ ਹੋਸ਼ਿਆਰ ਸੁਲਤਾਨ ਏ ਮੁਅੱਜ਼ਮ ਦਰ ਪਦਰ ਤਸ਼ਰੀਫ ਲਿਆਂਦੇ ਪਏ ਪਾਂ 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 ਹਜ਼ੀ ਬਾ ਕਮਾਲ ਸ਼ਾਹੇ ਖੁਸ਼ਖਿਸਾਲ ਓਏ ਅਸੀਂ ਕਿੱਥੇ ਆ ਗਏ ਆ ਹਜ਼ੂਰ ਇਹ ਸ਼ਹਿਰ ਦਾ ਸਭ ਤੋਂ ਵੱਡਾ ਹੋਟਲ ਏ ਓਏ ਕੰਤਰ ਓਏ ਤਾਂ ਮਨੂੰ ਪਾਣੀ ਪੱਤ ਦਾ ਮੈਦਾਨ ਲੱਗਦਾ ਓਏ ਤਲਵਾਰਾਂ ਦੀ ਛਣਕਾਰਾਂ ਦੀ ਆਵਾਜ਼ ਪਈ ਦੇਖਣਾ ਹੋ ਨਹੀਂ ਹਜ਼ੂਰ ਇਹ ਗੱਲ ਨਹੀਂ ਗੀ ਇੱਥੇ ਦਾਊਦ ਦਾ ਇੰਤਜ਼ਾਮ ਹੈ ਦਾਊਦ ਦਾ ਓਏ ਕਿ ਜਿਆ ਦਾਊਦ ਦਾ ਇੰਤਜ਼ਾਮ ਹੈ ਕਿ ਵੀ ਤਲਵਾਰਾਂ ਪਈਆਂ ਚਲਦੀਆਂ ਹੋ ਨਹੀਂ ਹਜ਼ੂਰ ਇਹ ਲੋਕ ਪੇ ਛੁਰੀ ਤੇ ਕਾਂਟਿਆਂ ਨਾਲ ਵੇ ਖਾਣੇ ਓਏ ਕਿਉਂ ਇਹਨਾਂ ਦੇ ਹੱਥ ਨਹੀਂ ਗੇ ਉਹ ਹੱਥ ਹੈ ਉਹ ਹਜ਼ੂਰ ਪਰ ਛੁਰੀ ਤੇ ਕਾਂਟਿਆਂ ਨਾਲ ਖਾਣੇ ਦਾ ਰਿਵਾਜ ਹੈ ਤੇ ਰੋਟੀ ਨਾ ਮਿਲੇ ਤੇ ਛੁਰੀ ਕਲਮ ਓ ਨਹੀਂ ਹਜ਼ੂਰੇ ਵਾਲਾ ਇਹ ਵੱਡੇ ਲੋਕ ਹੁਣ ਇਹ ਬੜੇ ਤਰੀਕੇ ਨਾਲ ਖਾਣੇ ਤਰੀਕੇ ਨਾਲ ਖਾਣੇ ਮੈਂ ਸਮਝ ਗਿਆ ਵਾਂ ਓਏ ਇਹਨਾਂ ਦੇ ਦਸਤਰਖਾਨਾ ਨਾ ਹੋ ਸੀ ਓ ਹਜ਼ੂਰ ਦਸਤਰਖਾਨੇ ਦੀ ਜ਼ਰੂਰਤ ਨਹੀਂ ਰਹੀ ਇਹ ਹੁਣ ਸਿਰਫ ਖਲੋ ਕੇ ਖਾਣੇ ਦਾ ਰਿਵਾਜ ਹੈ ਖਲੋ ਕੇ ਖਾਣੇ ਦਾ ਰਿਵਾਜ ਹੈ ਓਏ ਕਿਜਾ ਰਿਵਾਜ ਹੈ ਕੋਈ ਹੁਣ ਤੂੰ ਕੋਲੇ ਸਾਰੇ ਖਲੋਤੇ ਹੋਏ ਓ ਹਜ਼ੂਰ ਇਹ ਇਸ ਤਰ੍ਹਾਂ ਹੁੰਦਾ ਹੈ ਵਿਆਹਾਂ ਦੇ ਇਸ਼ਕਾਰ ਲੰਮੀਆਂ ਲੰਮੀਆਂ ਮੇਜ਼ਾਂ ਲਾਉਂਦੇ ਨੇ ਅਤੇ ਉਹਨਾਂ 'ਤੇ ਵੱਡੀਆਂ ਵੱਡੀਆਂ ਪਰਾਤਾਂ ਰੱਖ ਕੇ ਸਾਰੀਆਂ ਹਾਂਡੀਆਂ ਉਹਨਾਂ ਦੇ ਇਸ਼ਕਾਰ ਪਲਟਾ ਦਿੰਦੇ ਨੇ ਅਤੇ ਬਾਅਦ ਹਰ ਇੱਕ ਆਦਮੀ ਆਪਣੀ ਪਲੇਟ 'ਚ ਪਾਈ ਜਾਂਦਾ ਅਤੇ ਖਾਈ ਜਾਂਦਾ ਪਾਈ ਜਾਂਦਾ ਅਤੇ ਖਾਈ ਜਾਂਦਾ ਪਾਈ ਜਾਂਦਾ ਅਤੇ ਖਾਈ ਜਾਂਦਾ ਓ ਕਿਉਂ ਇਹ ਸਾਰੇ ਮੁਸਲਮਾਨ ਨਹੀਂ ਗੇ ਅਲਹਮਦੁਲਿਲਾ ਜੀ ਮੁਸਲਮਾਨ ਹੋਣ ਪਰ ਵੱਖਰੀ ਵੱਖਰੀ ਪਲੇਟ 'ਚ ਖਾਣੇ ਦਾ ਰਿਵਾਜ ਹੈ ਇਹ ਡਾਢਾ ਰਿਵਾਜ ਹੈ ਵਜ਼ੀਰ ਬਾ ਤਦਬੀਰ ਉਹ ਇੱਕ ਹੀ ਹਮਾਮ ਦੇ ਵਿਚਕਾਰ ਹਰ ਕਿਸੇ ਦਾ ਵੱਖਰਾ ਵੱਖਰਾ ਸਕਾਵਾ ਵੇ ਉਹ ਦੇਖੋ ਉਹ ਕੋਈ ਕੁਕੜ ਪਿਆ ਨਸਾਂਦੀ ਤੇ ਕੋਈ ਫਿਰ ਨਹੀਂ ਮਾ ਕੁਤੀ ਦਾ ਡੂੰਗਾ ਉਹ ਸਰਕਾਰ ਇਹ ਤਾਂ ਹੁੰਦਾ ਹੀ ਰਹਿੰਦਾ ਕਿਉਂ ਹੁੰਦਾ ਰਹਿੰਦਾ ਵੇ ਉਹ ਸਾਡੇ ਵੱਡਿਆਂ ਨੇ ਤਾਂ ਇਹ ਕੰਮ ਨਹੀਂ ਕੀਤਾ ਆ ਉਹ ਇੱਕ ਦਸਤਰਖਾਨਾ ਹੁੰਦਾ ਆ ਅਤੇ ਸਾਰੇ ਬੈਠ ਕੇ ਇੱਕ ਜਗ੍ਹਾ ਰੋਟੀ ਖਾਂਦੇ ਆਏ ਉਹ ਮੁਹੱਬਤ ਵੀ ਹੁੰਦੀ ਅਤੇ ਪਿਆਰ ਵੀ ਵੱਧਦਾ ਆ ਉਹ ਅੱਗੇ ਅੱਗੇ ਵੱਧ ਕੇ ਇੱਕ ਦੂਸਰੇ ਨੂੰ ਕਹਿੰਦੇ ਆਓ ਖਾਓ ਨਾ ਜੀ ਆਓ ਰੋਟੀ ਖਾਓ ਨਾ ਯਾ ਪਰਵਰਦੀਗਾਰ ਕਿੱਥੇ ਚਲੇ ਗਏ ਹੋ ਲੋਕ ਸਰਕਾਰ ਕਿਹੜੀਆਂ ਪੁਰਾਣੀਆਂ ਗੱਲਾਂ ਲੈ ਬੈਠੇ ਹੋ ਉਹ ਸਾਇੰਸ ਦਾ ਦੌਰ ਏ ਲੋਕਾਂ ਨੇ ਤਰੱਕੀ ਕਰ ਛੋੜੀਏ ਓਏ ਵਜ਼ੀਰ ਆਜ਼ਮ ਇਹ ਕਿ ਤਰੱਕੀ ਕਰ ਗਏ ਕਿ ਤਰੱਕ ਗਏ ਓਏ ਤਰੱਕੀ ਤਾਂ ਹਰ ਦੌਰ ਦੇ ਵਿਚਕਾਰ ਹੁੰਦੀ ਰਹਿੰਦੀ ਏ ਓਏ ਸੱਚੀ ਗੱਲ ਇਹ ਵੇ ਕਿ ਆਪਣੀਆਂ ਰਸਮਾਂ ਔਰ ਰਿਵਾਜ ਭੁੱਲ ਗਏ ਓਏ ਛੁਰੀ ਚਾਕੂਆਂ ਨਾਲ ਖਾਣਾ ਓਏ ਇਹ ਤਾਂ ਪੂਰਾ ਬੇਇਨਸਾਫੀ ਏ ਸਰਕਾਰ ਇੱਥੇ ਤਾਂ ਆਉਣੇ ਅਸੀਂ ਇੱਕ ਖਾਸ ਲਿਬਾਸ ਹੋਣਾ ਚਾਹੀਦਾ ਹੈ ਖਾਸ ਲਿਬਾਸ ਓਏ ਬੜੀ ਹੈਰਾਨਗੀ ਦੀ ਗੱਲ ਏ ਉਹ ਜਿਨ੍ਹਾਂ ਗਰੀਬਾਂ ਕੋਲ ਨਾ ਹੋਵੇ ਤਾਂ ਉਹ ਹਜ਼ੂਰ ਇੱਥੇ ਗਰੀਬ ਆਦਮੀ ਤਾਂ ਆ ਹੀ ਨਹੀਂ ਸਕਦਾ ਓਏ ਇਹ ਤਾਂ ਸਰਾਸਰ ਗਰੀਬਾਂ ਨਾਲ ਜਾਤੀ ਏ ਵਜ਼ੀਰ ਆਜ਼ਮ ਉਹ ਇਸ ਦੋਜ਼ਖ ਚੋਂ ਮਨੂੰ ਕੱਢ ਹਜ਼ੂਰ ਜ਼ਰਾ ਠਹਿਰੋ ਉਹ ਸਾਨੂੰ ਤਾਂ ਕੁਛ ਖਾ ਲੈਣੇ ਦਿਓ ਉਹ ਨਹੀਂ ਨਹੀਂ ਵਜ਼ੀਰ ਆਜ਼ਮ ਉਹ ਇਹਨਾਂ ਲੋਕਾਂ ਨੂੰ ਆਪਣੀ ਤਾਰੀਖ ਦਾ ਪਤਾ ਨਹੀਂ ਗਾ ਓਏ ਦੂਸਰੇ ਲੋਕਾਂ ਦੇ ਪੈਰਾਂ 'ਤੇ ਪੈਰ ਰੱਖ ਕੇ ਚੱਲਦੇ ਨੇ ਓਏ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਗਾ ਕਿ ਇਹਨਾਂ ਦੇ ਵੱਡੇ ਕੀ ਕਰਦੇ ਆਏ ਓਏ ਮੁਹੰਮਦ ਬਿਨ ਕਾਸਮ ਖਲੋ ਕੇ ਖਾਂਦੇ ਆਏ ਓਏ ਮਹਿਮੂਦ ਗਜ਼ਨਵੀ ਇਹਨਾਂ ਆ ਰਹੇ ਓਏ ਖੁਲਫਾਏ ਰਾਸ਼ਿਦੀਨ ਇਹ ਕੰਮ ਕਰਦੇ ਗਜ਼ਬ ਖੁਦਾ ਦਾ ਹੈ ਵੱਧ ਵੀ ਕਹਿੰਦੇ ਨੇ ਕਿ ਅਸੀਂ ਤਰੱਕੀ ਕਰ ਗਏ ਓਏ ਕਿਵੇਂ ਖੋਲੇ ਹੋਏ ਦੇਖ ਸਜੰਦਰ ਜਮੂਰ ਦੇ